ਮੈਨੂੰ ਆਤ ਬੜੀ ਮਾੜੀ ਆ ਅਜੇ ਤੱਕ ਤਾਂ ਤੁਸੀਂ ਮੈਨੂੰ ਚੰਗਾ ਕਹਿੰਦੇ ਕਹੋ ਅੱਜ ਭਾਵੇਂ ਗਾਲਾਂ ਕੱਢੋ ਆ ਜਿਹੜੀ ਲੀਡਰਸ਼ਿਪ ਬੈਠੀ ਆ ਇਹਦੇ ਖਿਲਾਫ ਬੋਲਿਆ ਜਾ ਰਿਹਾ ਆਪਣੇ ਆਪ ਨੂੰ ਉਹ ਬੁੱਧੀਜੀਵੀ ਕਹਾਉਂਦੇ ਆ ਪਰ ਮੈਂ ਉਹਨਾਂ ਨੂੰ ਫਤਵਾ ਬੁੱਧੂ ਜੀਵੀ ਦਾ ਦੇਵਾਂਗਾ ਇਹਨਾਂ ਕੱਤੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਅੱਜ ਤੁਹਾਨੂੰ ਇੱਥੇ ਲਿਆਂਦਾ ਜਿਹਨੂੰ ਪਤਾ ਨਹੀਂ ਕਰੋਨਾ ਕਿਵੇਂ ਤੋੜਿਆ ਇੱਥੇ ਆ ਕੇ ਸਾਨੂੰ ਯਾਰ ਮੱਤਾਂ ਦੇਣ ਲੱਗ ਜਾਂਦੇ ਆ ਵੀ ਇਹ ਲੀਡਰਸ਼ਿਪ ਵਧੀਆ ਨਹੀਂ ਹੈ ਆਪੇ ਚੈਨਲ ਵਾਲੇ ਸਾਨੂੰ ਸਵਾਲ ਕਰਦੇ ਆ ਵੀ ਜਿਹੜਾ ਇੰਨਾ ਪੈਸਾ ਇਕੱਠਾ ਹੋ ਗਿਆ ਇਹਦਾ ਕੀ ਕਰੋਗੇ ਹੁਣ ਦੱਸੋ ਵੀ ਕੀ ਕਰਨਾ ਇਹਦਾ ਆ ਜਿਹੜੇ ਸ਼ਮਿਆਨੇ ਲੱਗੇ ਹੋਏ ਨੇ ਇਹ ਕਿੰਨੇ ਲੱਗੇ ਨੇ ਉਹਨਾਂ ਨੂੰ ਪੇਮੈਂਟ ਕਰਨੀ ਆ ਉਹ ਪੇਮੈਂਟ ਰੋਕੀ ਬੈਠੇ ਨੇ ਜਿੰਨੇ ਸੂਰਮੇ ਸਾਡੇ ਇਸ ਸੰਗਰਾਮ ਦੇ ਵਿੱਚ ਸ਼ਹੀਦ ਹੋ ਚੁੱਕੇ ਆ ਤਿੰਨ ਵਾਰੀ ਮੀਟਿੰਗਾਂ ਦੇ ਵਿੱਚ ਪਾਸ ਹੋ ਗਿਆ ਉਹਨਾਂ ਦੀਆਂ ਫਲੈਕਸਾਂ ਲਿਆ ਕੇ ਸਟੇਜ ਤੇ ਲਾਉਣੀਆਂ ਨੇ ਕੋਈ ਨਹੀਂ ਸੁਣਦਾ ਸੰਘਰਸ਼ ਦੇ ਪਿੰਡ ਵਿੱਚ ਜੂਝ ਰਹੇ ਸੰਗਰਾਮੀ ਲੋਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਦੇ ਵੱਲੋਂ ਕੁਛ ਨਹੀਂ ਕਹਿਣਾ ਸਾਡੀ ਸਟੇਜ ਦੀਆਂ ਕੁਛ ਕਮਜ਼ੋਰੀਆਂ ਨੇ ਬਾਰ ਬਾਰ ਕਹਿ ਕੇ ਦੇਖ ਲਿਆ ਸੀ ਜਿਹੜੀ ਸਾਡੇ ਪਿੱਛੇ ਸੇਵਾਦਾਰ ਬੈਠੇ ਨੇ ਫੰਡ ਦੀ ਸੇਵਾ ਸੰਭਾਲ ਕਰਦੇ ਨੇ ਹਿਸਾਬ ਕਿਤਾਬ ਰੱਖ ਰਹੇ ਨੇ ਉਹਨਾਂ ਨੇ ਵਾਰ ਵਾਰ ਮੈਨੂੰ ਕਿਹਾ ਵੀ ਅਸੀਂ ਬਹੁਤ ਆਗੂਆਂ ਨੂੰ ਕਹਿ ਕੇ ਦੇਖ ਲਿਆ ਆ ਜਿਹੜੇ ਸ਼ਮਿਆਨੇ ਲੱਗੇ ਹੋਏ ਨੇ ਇਹ ਕਿੰਨੇ ਲੱਗੇ ਨੇ ਉਹਨਾਂ ਨੂੰ ਪੇਮੈਂਟ ਕਰਨੀ ਆ ਉਹ ਪੇਮੈਂਟ ਰੋਕੀ ਬੈਠੇ ਨੇ ਜਿਹੜੇ ਸਾਥੀਆਂ ਨੇ ਜ਼ਿੰਮੇਵਾਰੀ ਲਈ ਹੋਈ ਆ ਇਹ ਕਿੰਨਾ ਟੈਂਟ ਪਿੱਛੇ ਲੱਗ ਚੁੱਕਿਆ ਉਹ ਘੱਟੋ ਘੱਟ ਜਿਹੜੇ ਸਾਡੇ ਸਰਕਾਰ ਲਿਖਣ ਵਾਲੇ ਸਾਥੀ ਆ ਉਹਨਾਂ ਨੂੰ ਦੱਸ ਦਿਓ ਉਹਨਾਂ ਦਾ ਵਾਰ ਵਾਰ ਇਹ ਇਤਰਾਜ਼ ਆ ਵੀ ਸਾਡੀ ਸੁਣੀ ਨਹੀਂ ਜਾਂਦੀ ਨੰਬਰ 2 ਮੀਟਿੰਗਾਂ ਦੇ ਵਿੱਚ ਪਾਸ ਹੋ ਚੁੱਕਿਆ ਜਿੰਨੇ ਸੂਰਮੇ ਸਾਡੇ ਇਸ ਸੰਗਰਾਮ ਦੇ ਵਿੱਚ ਸ਼ਹੀਦ ਹੋ ਚੁੱਕੇ ਆ ਤਿੰਨ ਵਾਰੀ ਮੀਟਿੰਗਾਂ ਦੇ ਵਿੱਚ ਪਾਸ ਹੋ ਗਿਆ ਉਹਨਾਂ ਦੀਆਂ ਫਲੈਕਸਾਂ ਲਿਆ ਕੇ ਸਟੇਜ ਤੇ ਲਾਉਣੀਆਂ ਨੇ ਕੋਈ ਨਹੀਂ ਸੁਣਦਾ ਰੋਣ ਆਉਂਦਾ ਤਰਸ ਆਉਂਦਾ ਜਦੋਂ ਸਾਡਾ 16 ਸਾਲ ਦਾ ਅੱਜ ਦਾ ਕਰਤਾਰ ਸਰਾਭਾ ਦੁਆਬੇ ਦਾ ਮੁੰਡਾ 16 ਸਾਲ ਦਾ ਜਿਹਦੀ 2 ਦਿਨ ਬਾਅਦ ਫਲੈਟ ਸੀ ਅਮਰੀਕਾ ਜਾਣ ਦੀ ਉਹ ਸ਼ਹੀਦ ਹੋ ਗਿਆ ਅਜੇ ਇੱਥੇ ਫੋਟੋ ਨਹੀਂ ਲਿਆ ਸਕੇ ਅਸੀਂ ਆਗੂ ਕਹਾਉਂਦੇ ਹਾਂ ਆਪਣੇ ਆਪ ਨੂੰ ਬਾਰ ਬਾਰ ਕਿਹਾ ਸਾਰਿਆਂ ਦੀਆਂ ਲਿਸਟਾਂ ਦਿਓ ਜਿਹੜੇ ਇਸ ਜੰਗ ਦੇ ਵਿੱਚ ਸ਼ਹੀਦ ਹੋ ਗਏ ਮੇਰੇ ਕੋਲ ਰਾਤ ਵੀ ਫੋਨ ਆਏ 6 ਲੱਖ ਰੁਪਈਆ ਕਿਸੇ ਪਰਿਵਾਰਾਂ ਨੇ ਸਹਾਇਤਾ ਕਰਨੀ ਹੈ ਜਾ ਕੇ ਕਿਹਦੀ ਕਰਾਈਏ ਸਾਡੇ ਕੋਲ ਅਜੇ ਲਿਸਟਾਂ ਨਹੀਂ ਆਈਆਂ ਫੱਟੜ ਕਿੰਨੇ ਹੋ ਗਏ ਇਹ ਸਾਡੀਆਂ ਕਮਜ਼ੋਰੀਆਂ ਨੇ ਕਮਜ਼ੋਰੀਆਂ ਨੂੰ ਕੱਢੀਏ ਨੰਬਰ 2 ਮੈਨੂੰ ਆਤ ਬੜੀ ਮਾੜੀ ਆ ਮੈਂ ਕਿਸੇ ਨਾਲ ਰਾਤ ਦਿੱਲੀ ਨਹੀਂ ਰੱਖਦਾ ਤੁਸੀਂ ਸਾਹਮਣੇ ਵੀ ਦੇਖਿਆ ਅਜੇ ਤੱਕ ਤਾਂ ਤੁਸੀਂ ਮੈਨੂੰ ਚੰਗਾ ਕਹਿੰਦੇ ਕਹੋ ਅੱਜ ਭਾਵੇਂ ਗਾਲਾਂ ਕੱਢੋ ਇਸ ਸਟੇਜ ਦੇ ਵਿੱਚੋਂ ਜਿਹੜਾ ਕੁਛ ਬੋਲਿਆ ਜਾਂਦਾ ਉਹ 99% ਠੀਕ ਹੈ ਸਾਂਝੇ ਘੋਲ ਦੇ ਹਿੱਤ ਦੇ ਵਿੱਚ ਜਾਂਦਾ 1% ਇਹੋ ਜਿਹਾ ਟੇਢੇ ਬਿੰਗੇ ਢੰਗ ਨਾਲ ਆ ਜਿਹੜੀ ਲੀਡਰਸ਼ਿਪ ਬੈਠੀ ਆ ਇਹਦੇ ਖਿਲਾਫ ਬੋਲਿਆ ਜਾ ਰਿਹਾ ਆਪਣੇ ਆਪ ਨੂੰ ਉਹ ਬੁੱਧੀਜੀਵੀ ਕਹਾਉਂਦੇ ਆ ਪਰ ਮੈਂ ਉਹਨਾਂ ਨੂੰ ਫਤਵਾ ਬੁੱਧੂ ਜੀਵੀ ਦਾ ਦੇਵਾਂਗਾ ਕਿਉਂਕਿ ਜੇ ਉਹਨਾਂ ਦੀ ਇਸ ਕਰਤੂਤ ਕਰਕੇ ਇਹ ਕਿਸੇ ਲੋਟ ਉੱਛਲ ਗਿਆ ਜੇ ਅਸੀਂ ਜੰਗ ਹਾਰਨ ਵਾਲੇ ਪਾਸੇ ਨੂੰ ਕਿਸੇ ਨੇ ਬੁੱਧੀਜੀਵੀ ਨੇ ਤੋੜ ਲਿਆ ਤਾਂ ਬੁੱਧੂ ਜੀਵੀ ਆ ਬੁੱਧੀਜੀਵੀ ਨਹੀਂ ਹੈ ਇਹ ਹੰਕਾਰ ਮਤ ਕਰਿਓ ਅਸੀਂ ਲੋਕਾਂ ਤੋਂ ਪੜ੍ਹੇ ਆ ਤੇ ਲੋਕਾਂ ਨੇ ਸਾਨੂੰ ਪੜ੍ਹਾਇਆ 35-35 ਸਾਲ ਦਾ ਤਜਰਬਾ ਅੱਜ ਉਹ ਦਿਨ ਯਾਦ ਆਉਂਦਾ ਮੈਨੂੰ ਜਦੋਂ ਕਰੋਨਾ ਹੋ ਗਈ ਭਾਰਤ ਦੀ ਧਰਤੀ ਤੇ ਉਹ ਦਿਸਦਿਆਂ ਲੋਕ ਜਿਨ੍ਹਾਂ ਦੇ ਪੈਰਾਂ ਦੇ ਵਿੱਚੋਂ ਲਹੂ ਨਿਕਲਦਾ ਸੀ ਹਜ਼ਾਰ ਕਿਲੋਮੀਟਰ ਇਹਨਾਂ ਦੀ ਪੁਲਿਸ ਨੇ ਪੈਦਲ ਤੋਰੇ ਤੇ ਪਿੰਡਾਂ 'ਚ ਕੀ ਹਾਲਤ ਸੀ ਛਿੱਕਲੀਆਂ ਲਾਓ ਮੂੰਹ ਤੇ 6-6 ਫੁੱਟ ਦਾ ਫਾਸਲਾ ਰੱਖੋ ਮੈਨੂੰ ਮੇਰੇ ਪਿੰਡ ਦੀ ਪਹਿਲੀ ਮੀਟਿੰਗ ਯਾਦ ਆ
ਜਦੋਂ ਅਸੀਂ ਕਰੋਨਾ ਦੇ ਖਿਲਾਫ ਬੋਲੇ ਆ ਦਹਿਸ਼ਤ ਸੀ ਲੋਕਾਂ ਦੇ ਵਿੱਚ ਘਰਾਂ ਚੋਂ ਨਿਕਲਦੇ ਨਹੀਂ ਸੀ ਪਰ ਦੂਜੇ ਪਾਸੇ ਆ ਜਿਹੜਾ ਪਹਾੜ ਟੁੱਟ ਕੇ ਡਿੱਗ ਪਿਆ ਸੀ ਕਾਲੇ ਕਾਨੂੰਨ ਬਣ ਗਏ ਸੀ ਮੇਰੇ ਪਿੰਡ ਦੇ ਵਿੱਚ ਮੀਟਿੰਗ ਕਰਾ ਰਿਹਾ ਸੀ ਮੈਂ ਔਰਤਾਂ ਸੀ ਬੰਦੇ ਸੀ ਸੌਕ ਦਾ ਕੱਟ ਸੀ ਪੰਜ ਫੁੱਟ ਛੇ ਫੁੱਟ ਦੀ ਦੂਰੀ ਤੇ ਰੱਖੇ ਹੋਏ ਸੱਥ ਚ ਪੁਲਿਸ ਨੇ ਘੇਰਾ ਪਾ ਲਿਆ ਕੇ ਅਸੀਂ ਆਖਿਆ ਦੱਸੋ ਜੀ ਕੀ ਕਰਨਾ ਗੋਲੀ ਚਲਾਉਣੀ ਆ ਕਹਿੰਦੇ ਨਹੀਂ ਜੀ ਤੁਸੀਂ ਤਾਂ ਠੀਕ ਬੈਠੇ ਹੋ ਤੁਸੀਂ ਮੂੰਹ ਨਹੀਂ ਬੰਨੇ ਮੈਂ ਕਿਹਾ ਸਾਫ ਆ ਮੂੰਹ ਤੇ ਛਿੱਕਲੀਆਂ ਨਹੀਂ ਲਾਉਣੀਆਂ ਤੇ ਭਰਾਵੋ ਯਾਦ ਕਰੋ ਇਹੋ ਜਿਹੀਆਂ ਹਾਲਤਾਂ ਚੋਂ ਨਿਕਲ ਕੇ ਇਹਨਾਂ 31 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਅੱਜ ਤੁਹਾਨੂੰ ਇੱਥੇ ਲਿਆਂਦਾ ਪਰ ਜਿਹੜਾ ਕੋਈ ਸਿੱਧਾ ਤੁਰ ਕੇ ਆ ਗਿਆ ਜਿਹਨੂੰ ਪਤਾ ਨਹੀਂ ਕਰੋਨਾ ਕਿਵੇਂ ਤੋੜਿਆ ਕਰੋਨਾ ਨੂੰ ਲੱਤਾਂ ਥੱਲੇ ਕਿਵੇਂ ਰਗੜਿਆ ਇੱਥੇ ਆ ਕੇ ਸਾਨੂੰ ਯਾਰ ਮੱਤਾਂ ਦੇਣ ਲੱਗ ਜਾਂਦੇ ਆ ਵੀ ਇਹ ਲੀਡਰਸ਼ਿਪ ਵਧੀਆ ਨਹੀਂ ਹੈ ਵਧੀਆ ਤੁਸੀਂ ਵੀ ਨਹੀਂ ਅਸੀਂ ਇੱਥੇ ਬਹਿਸ ਨਹੀਂ ਕਰਨੀ ਚਾਹੁੰਦੇ ਜਿਹੜੇ ਟਿੱਕੇ ਹੋਏ ਆ ਉਹ ਸਾਨੂੰ ਆ ਕੇ ਮੱਤ ਦਿੰਦੇ ਆ 23 ਸਾਲ ਦਾ ਇਤਿਹਾਸ ਆ ਦੂਜੀ ਫਾਂਕਾ ਬੁਲਾਈ ਗਈ ਆ ਥੱਲੇ ਆਪੇ ਚੰਦਲਾਂ ਵਾਲੇ ਸਾਨੂੰ ਸਵਾਲ ਕਰਦੇ ਆ ਵੀ ਜਿਹੜਾ ਇੰਨਾ ਪੈਸਾ ਇਕੱਠਾ ਹੋ ਗਿਆ ਇਹਦਾ ਕੀ ਕਰੋਗੇ ਹੁਣ ਦੱਸੋ ਵੀ ਕੀ ਕਰਨਾ ਇਹਦਾ ਇਕੱਠਾ ਕਰਨ ਨੂੰ ਹਟ ਜੀਏ ਉਹ ਜਾਂਦਾ ਭਾਈ ਮਨਜੀਤ ਨੇਰ ਨੂੰ ਸ਼ੇਰਪੁਰ ਦੇ ਵਿੱਚੋਂ ਇੱਕ ਜੁੱਤੀਆਂ ਗੰਢਣ ਵਾਲੇ ਨੇ 25 ਸਾਲ ਪਹਿਲਾਂ 2 ਰੁਪਏ ਦਿੱਤੇ ਸੀ 2 ਤੇ ਉਹ ਵੀ ਜ਼ਿਆਦਾ ਖਰਚੇ ਕਿੱਥੇ ਆ ਜਦੋਂ ਸੁਪਰੀਮ ਕੋਰਟ ਦੇ ਵਿੱਚ ਕੇਸ ਲੱਗਿਆ ਸੀ ਮੇਰੇ ਖਿਲਾਫ ਝੂਠਾ ਕਤਲ ਦਾ ਸਾਡੇ ਸਾਥੀ ਕਹਿੰਦੇ ਸੀ 10 ਲੱਖ ਵਾਲਾ ਵਕੀਲ ਕਰਨਾ ਪਰ ਸਾਨੂੰ ਪਤਾ ਸੀ ਇੱਥੇ 10 ਲੱਖ ਐਵੇਂ ਜਾਊ ਲੋਕਾਂ ਦੇ 2-2 ਰੁਪਏ ਦਿੱਤੇ ਐਵੇਂ ਜਾਣਗੇ 1,80,000 ਦਾ ਵਕੀਲ ਕੀਤਾ ਤੇ ਆਹ 10 ਲੱਖ ਬਰਨਾਲੇ ਦੀ ਜੇਲ੍ਹ ਮੂਰੇ ਖਰਚਿਆ ਆਹ ਲੋਕਾਂ ਦਾ ਕੱਟ ਸੀ ਲੋਹੇ ਦੀ ਲੱਠ ਸੀ ਉਹ ਲੋਕਾਂ ਦਾ ਦਿੱਤਾ 2-2 ਰੁਪਏ ਬਰਨਾਲੇ ਜੇਲ੍ਹ ਦੇ ਵਿੱਚੋਂ ਦਾਸ ਨੂੰ ਕੱਢ ਕੇ ਲਿਆਇਆ ਤੇ ਸੰਘਰਸ਼ਾਂ ਦੀ ਗਵਾਹੀ ਦੇ ਵਿੱਚ ਹਿੱਸਾ ਪਾਉਂਦੇ ਆ ਨਾ ਮੱਤਾਂ ਦਿਓ ਇਹਨਾਂ ਆਗੂਆਂ ਨੂੰ ਨਾ ਮੱਤਾਂ ਦਿਓ ਜਿਹੜਾ ਪੈਸਾ ਇਕੱਠਾ ਹੋ ਰਿਹਾ ਜੇ ਸਾਡੇ ਅਮਰੀਕਾ ਕੈਨੇਡਾ ਚੋਂ ਬੱਚੇ ਭੇਜਦੇ ਆ ਉਹ ਇੱਥੇ ਦੇ 2-2 ਰੁਪਏ ਜੁੱਤੀ ਗੰਢਣ ਵਾਲੇ ਦੇ ਬਰਾਬਰ ਆ ਵਿਚਾਰੇ ਉਹ ਕਰੋੜਾਂਪਤੀ ਵੀ ਹੈਗੇ ਉਹਦੀ ਕਦਰ ਕਰਾਂਗੇ ਜਿੰਨਾ ਬਚਿਆ ਪੈਸਾ ਖਰਚੇ ਤੋਂ ਬਾਅਦ ਉਹਨਾਂ ਸ਼ਹੀਦ ਪਰਿਵਾਰਾਂ ਨੂੰ ਦਿੱਤਾ ਜਾਣਾ ਇਹ ਫੈਸਲਾ ਹੋ ਚੁੱਕਿਆ ਦੱਸੋ ਵੀ ਫੈਸਲਾ ਠੀਕ ਆ ਗਲਤ ਆ ਇਹ ਫਿਰ ਵੀ ਇਹਦੇ ਬਾਵਜੂਦ ਜੇ ਕੋਈ ਬਕਵਾਸ ਕਰਦਾ ਤਾਂ ਸਾਡੀ ਸਿਹਤ ਤੇ ਕੋਈ ਅਸਰ ਨਹੀਂ ਘੋਲ ਨੂੰ ਸਿੱਧੇ ਰੂਪ ਚਲਾਇਆ ਹੋਇਆ ਚੱਲਣ ਦਿਓ ਛੋਟੀਆਂ ਛੋਟੀਆਂ ਕੁਛ ਗੱਲਾਂ ਨੇ ਸਟੇਜ ਦੇ ਮਗਰ ਗੰਦੇ ਗੀਤ ਚੱਲਦੇ ਰਹਿੰਦੇ ਰਾਤ ਨੂੰ ਉਹ ਭਰਾ ਮੇਰਿਓ ਇਹ ਸੋਗ ਦਾ ਹਫਤਾ ਸੋਗ ਦਾ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਜਦੋਂ ਸੀਸ ਕੁਰਬਾਨ ਕਰਕੇ ਗਏ ਨੇ ਸਾਡੇ ਨਾਲ ਉਹ ਭਾਈ ਜੈਤੇ ਹੋਣੀ ਵੀ ਸੀ ਜਿਹੜੇ ਰੰਗਰੇਟੇ ਗੁਰਕੇ ਬੇਟੇ ਬਣੇ ਆ ਤੇ ਅੱਜ ਵੀ ਸਾਡੇ ਨਾਲ ਆ ਇਹ ਘੋਲ ਆ ਜਿਹੜਾ ਜਾਤਾਂ ਧਰਮਾਂ ਤੋਂ ਉੱਪਰ ਉੱਠ ਖੜਿਆ ਇਹ ਲੋਕਤਾ ਦਾ ਘੋਲ ਬਣ ਚੁੱਕਿਆ ਨੂੰ ਲੋਕਤਾ ਦਾ ਘੋਲ ਰੱਖਣਾ ਛੋਟੀਆਂ ਮੋਟੀਆਂ ਹਦਾਇਤਾਂ ਗੰਦੇ ਗੀਤ ਬੰਦ ਕਰ ਦਿਓ ਇਹ ਸਾਡੇ ਸਿੱਖਾਂ ਦੀ ਰਵਾਇਤ ਨਹੀਂ ਜਿਹੜੇ ਤੰਬੂਆਂ ਦੇ ਵਿੱਚ ਰਾਤ ਮੈਂ ਸੁਣਿਆ ਗੰਦੀਆਂ ਬੋਲੀਆਂ ਪਈਆਂ ਗੰਦੇ ਗੀਤ ਲੱਗੇ ਆ ਉਹ ਘੋਲ ਦੇ ਹਮਾਇਤੀ ਨਹੀਂ ਹੋ ਸਕਦੇ ਦੁੱਖ ਜ਼ਰੂਰ ਲੱਗੂਗਾ ਯੋਧਿਆਂ ਦੀਆਂ 12 ਗਾਈਆਂ ਜਾ ਸਕਦੀਆਂ ਇੱਕ ਮੱਲੋ ਮੱਲੀ ਆ ਟ੍ਰੈਫਿਕ ਜਾਮ ਹੋ ਜਾਂਦੀ ਆ ਮੇਰੀ ਬੇਨਤੀ ਆ ਜਿਹੜੀਆਂ ਟਰਾਲੀਆਂ ਥੋੜਾ ਜਿਹਾ ਫਾਸਲਾ ਕਰਕੇ ਰੱਖੀਏ ਟ੍ਰੈਫਿਕ ਚੱਲੀ ਜਾਣ ਦੀ 10 ਕਿਲੋਮੀਟਰ ਤੱਕ ਖੜੇ ਆ ਇੱਕ ਵੱਡਾ ਉਲਾਮਾ ਹੋਰ ਆਇਆ ਥੱਲਿਓਂ ਕਹਿੰਦੇ ਬਈ ਕਿੰਨਾ ਚਿਰ ਬਿਠਾਈ ਰੱਖੋਗੇ ਇੱਥੇ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਬਈ ਔਰੰਗਜ਼ੇਬ ਨਾਲ ਜਦੋਂ ਮੱਥਾ ਲੱਗਿਆ ਔਰੰਗਜ਼ੇਬ ਨਾਲ ਜਦੋਂ ਜੰਗ ਲੜੀ ਆ ਸਾਡੇ 7 ਸਾਲ ਦੇ 9 ਸਾਲ ਦੇ ਬੱਚੇ ਨੀਹਾਂ ਦੇ ਵਿੱਚ ਚਿਣੇ ਗਏ ਤਾਂ ਇਹ ਅੰਬਰ ਕੰਬਿਆ ਸੀ ਦਿੱਲੀ ਦਾ ਤਖ਼ਤ ਕੰਬਿਆ ਸੀ
जदों मनमोहन सिंह हुकूमत तो यह खेती कानून लागू नहीं होए तो विदेशी कंपनियां ने मार निखंडा लभ्या कि मार निखंडा नरदई बंदा वो है नरेंद्र मोदी। नरदई की भाल कित्थों होई क्योंकि 2002 दे विच गोधरा कांड जदों मुसलमानों ते हमला करके मुसलमानों नू शहीद किया गया एक फिरके नू मारिया गया तो 7 साल ते 9 साल दे उत्थे नहीं सी ओ तां अणजम्मे इन्हां मावां दीआं पेटां च सी जिहड़े इस मोदी हकूमत ने तरसूलां ते टांके तहां दिखाए सी। इस करके औरंगजेब ने वड्डा जालम इस गद्दी ते बहाया पर लड़ांगे जितांगे मोदी नू हरावांगे ते जंग जित के वापस मुड़ांगे। कोल चलदे दा ख्याल रखो भरावो ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।